ਨਾਲੇ ਜਿਹੜਾ ਹਰਾਮਦਿਆਂ ਦਾ ਟੋਲਾ ਗੰਦੀ ਨਾਲੀ ਦੇ ਕੀੜਿਆਂ ਦਾ ਇਕੱਠਾ ਹੋਇਆ ਹੋਇਆ ਨਾ ਤੇਰੇ ਆਲੇ ਦੁਆਲੇ ਸ਼ਹਿਜ਼ਾਦ ਪੱਟੀ, ਇਹਨਾਂ ਨੂੰ ਕਹਿ ਨਾ ਓਏ ਤੁਸੀਂ ਗੈਰਤ ਖਾਓ, ਭੈਣ ਚੋ ਕਿੱਡੇ ਤੁਸੀਂ ਬੰਦੇ ਨਜ਼ਰ ਆਉਂਦੇ ਹੋ ਤੇ ਇਹਨੂੰ ਕਹੋ ਹਾਂ ਮਿਲੇ, ਮਿਲਦਾ ਕਿਉਂ? ਇਹਨਾਂ ਦੇ ਸ਼ਹਿਜ਼ਾਦ ਪੱਟੀ ਦੇ ਪਿੱਛੇ ਭੌਂਕਣ ਵਾਲੇ ਕੁੱਤਿਓ, ਇੱਕ ਗੱਲ ਸਮਝ ਲਓ ਕਿ ਐਸਾ ਲੁੱਲੀ ਨੰਗਾ ਇੱਕ ਗਾਰਡ ਹੈ, ਠੀਕ ਹੈ, ਤੇ ਜਿਨ੍ਹਾਂ ਦੇ ਆ ਗਾਰਡ ਹੈਗਾ ਉਹ ਤੇ ਇਹਨੂੰ ਮੂੰਹ ਵੀ ਨਹੀਂ ਲਾਉਂਦੇ, ਇਹਨੇ ਵੀਡੀਓ ਆਪਣੀ ਤਰਫੋਂ ਲਗਾਈ ਤੇ ਉਹਨਾਂ ਨੇ ਐਡਾ ਗਵਾਰਾ ਨੇ ਸਮਝਿਆ ਕਿ ਉਹਨੂੰ ਨਾਲ ਹੀ ਖੜਾ ਕਰ ਲੈਣ, ਸਮਝ ਆਈ ਹੈ? ਤੇ ਇਸ ਵਜ੍ਹਾ ਤੋਂ ਇਹਦੀ ਸਪੋਰਟ ਨਾ ਕਰੋ, ਮੇਰੇ ਨੂੰ ਅਲਹਮਦੁਲਿਲਾ ਅੱਲਾ ਨੇ ਤਲਕ ਵੀ ਦਿੱਤਾ, ਪੈਸਾ ਵੀ ਦਿੱਤਾ, ਨਾਂ ਵੀ ਦਿੱਤਾ ਤੇ ਸਿਆਸਤ ਹਰ ਚੀਜ਼ ਮੈਨੂੰ ਅੱਲਾ ਨੇ ਅਲਹਮਦੁਲਿਲਾ ਦਿੱਤੀ ਹੈ ਤੇ ਭੈਣ ਚੋਦ ਤੁਹਾਡੇ ਵਰਗੇ ਬੰਦੇ ਮੇਰੀ ਫੈਕਟਰੀ 'ਚ ਕੰਮ ਕਰਦੇ ਨੇ। ਅਸਲਾਮ ਵਾਲੇਕੁਮ, ਕੱਲ ਰਾਤ ਸੇ ਜੀ ਹਮਾਰਾ ਬਹੁਤ ਬੜੇ ਡੌਨ ਹੈ ਸ਼ਹਿਜ਼ਾਦ ਟੱਟੀ ਸਾਹਿਬ, ਉਨਕੇ ਸਾਥ ਮਸਲਾ ਬੜਾ ਹੋਇਆ, ਮੇਰਾ ਜੋ ਭਾਈ ਹਮਸੇ ਪਿਆਰ ਕਰਤਾ ਹੈ ਇਸਕਾ ਸਿਰਫ ਪਤਾ ਬਤਾ ਦੇ ਹਮੇ, ਯੇ ਸਿਰਫ ਆਪਣੀ ਬੀਵੀ ਕੇ ਸਾਹਮਣੇ ਬੈਠ ਕੇ ਨਾ ਵੋ ਕਿਆ ਕਰਦੇ ਹੈ ਟਿਕਟੋਕ ਬਣਾ ਕੇ ਵੀਡੀਓ ਲਗਾ ਦੀ, ਯੇ ਪਹਿਲ ਪਿਛਲੀ ਦਫਾ ਆਇਆ ਤਾਂ ਇਸਕੋ ਮੈਨੇ ਅੱਛਾ ਬੇਇੱਜ਼ਤ ਕੀਤਾ, ਅਸੀਂ ਵਲੀ ਖਾਣ ਹੀ ਹੈਗੇ ਜਿਹਨੂੰ ਤੂੰ ਗਾਲਾ ਕੱਢ ਲਏਗਾ ਤੇ ਹੀਰੋ ਬਣ ਜਾਏਗਾ। ਹੈਲੋ ਰੇ ਪੁੱਤਰ, ਤੇ ਜਿਹੜਾ ਗੱਜ ਕੇ ਆਉਂਦਾ ਨਾ ਵੱਜ ਕੇ ਜਾਂਦਾ, ਤੇ ਇਹਦਾ ਇੱਕੋ ਹੀ ਬਾਦਸ਼ਾਹ ਹੈ ਦਾਤਾ ਸਰਕਾਰ, ਤੇ ਸਭ ਦਾ ਇੱਕੋ ਹੀ ਬਾਦਸ਼ਾਹ ਅੱਲਾ ਬਾਦਸ਼ਾਹ, ਤੇ ਇਹਨੂੰ ਪੂਰੇ ਭਾਰ ਨਾਲ ਆਵਾਜ਼ ਹੀ ਪੂਰੇ ਭਾਰ ਨਾਲ, ਤੂੰ ਜਿੱਥੇ ਮਰਜ਼ੀ ਆ ਜਾ, ਤੂੰ ਇੱਕ ਵਾਰੀ ਮਿਲ ਸਹੀ, ਸ਼ਕਲ ਤੋਂ ਨਾਦਾ ਲਾ ਲਾ, ਅਸੀਂ ਸੁੱਤੇ ਨਹੀਂ ਹੈਗੇ। ਔਰ ਮੀਆਂ ਕਾਸ਼ਿਫ ਜ਼ਮੀਰ ਹੈ, ਜਿੱਥੇ ਘਰੇ ਬਹਿ ਕੇ ਵੀਡੀਓ ਬਣਾ ਦਿੰਦਾ ਨਾ ਚੈਨ ਪਾ ਕੇ ਕਿ ਜੀ ਮੇਰੇ ਪਾਸ ਫੈਕਟਰੀਆਂ ਹੈ, ਯੇ ਹੈ, ਵੋ ਹੈ, ਮੇਰੀ ਇੱਜ਼ਤ ਹੈ, ਚਾਰ ਬੰਦੇ ਜੇ ਸੋਨੇ ਵਾਲੇ ਬੰਦੇ ਦੇ ਸੋਨਾ ਵੀ ਛੋੜ, ਚੈਨ ਦੇ ਨਾਲ ਨਾਲ ਚਾਰ ਕੁ ਬੰਦੇ ਤਸਵੀਰ ਬਣਾ ਲੈਣ ਨਾ ਤਾਂ ਉਹਨੂੰ ਇੱਜ਼ਤ ਨਹੀਂ ਸਮਝੀਦਾ ਹੁੰਦਾ, ਠੀਕ ਹੈ? ਇੱਜ਼ਤ ਤੋਂ ਹੁੰਦੀ ਹੈ ਕਿ ਤੁਹਾਡੇ ਨਾਲ ਕਿਸੇ ਬੰਦੇ ਦਾ ਰਾਬਤਾ ਵੀ ਨਾ ਹੋਵੇ ਅਤੇ ਕਿਸੇ ਦੇ ਹੋਵੇ ਵੀ ਨਾ ਤਲਕ, ਅਤੇ ਉਹਦੇ ਪਿੱਛੇ ਜਾ ਕੇ ਮੇਰੀ ਯੂਟਿਊਬ 'ਤੇ ਮੇਰੀਆਂ ਵੀਡੀਓ ਥੱਲੇ ਕਮੈਂਟ ਪੜ੍ਹ ਲਾ, ਉਹ ਇੱਜ਼ਤ ਹੁੰਦੀ ਹੈ ਜਿਹੜੀ ਕਿ ਉਹ ਮਿਲਦੀ ਹੈ, ਚਾਰ ਤਸਵੀਰਾਂ ਖਿਚਾਉਣ ਨਾਲ ਇੱਜ਼ਤ ਨਹੀਂ ਮਿਲਦੀ, ਅਤੇ ਇਹ ਕਬਰ 'ਚ ਕੁਝ ਵੀ ਨਹੀਂ ਜਾਣਾ, ਅਤੇ ਇਨਸਾਨ ਦੇ ਬੱਚੇ ਬਣੋ, ਇਹ ਗਾਲੀ ਗਲੋਚ ਤੋਂ ਬੰਦ ਕਰੋ ਕੰਮ, ਅਤੇ ਜਿਹੜਾ ਵੀ ਕੰਮ ਹੋਏਗਾ ਇਨਸ਼ਾਅੱਲਾ ਸਭ ਦੁਨੀਆ, ਪੂਰੀ ਦੁਨੀਆ ਵੇਖੇਗੀ, ਅਤੇ ਅੱਜ ਤੋਂ ਬਾਅਦ ਅਸੀਂ ਵੀਡੀਓ ਨਹੀਂ ਪਾਵਾਂਗੇ ਕਿਉਂਕਿ ਤੁਹਾਡੀ ਔਕਾਤ ਨਹੀਂ ਇੰਨੀ ਕਿ ਅਸੀਂ ਤੁਹਾਡੇ ਵੀਡੀਓ ਪਾਈਏ, ਤੂੰ ਜੋ ਮਰਜ਼ੀ ਕਰਨਾ, ਕਾਨੂੰਨ ਜਿਹੜੇ ਧਮਕੀਆਂ ਦਿੱਤੀ ਜਾ ਰਹੀਆਂ ਕਿ ਮੈਂ ਇਹ ਕਰਵਾ ਦਿਆਂਗਾ ਵੋ ਕਰਵਾ ਦਿਆਂਗਾ, ਅਤੇ ਫੈਕਟਰੀਆਂ ਦੇ ਜਿਹੜਿਆਂ ਦੇ ਨਾਮ ਲੈਣਾ ਉਹ ਸਾਰਿਆਂ ਨੂੰ ਪਤਾ ਕਿਹੜੀਆਂ ਤੇਰੀਆਂ ਫੈਕਟਰੀਆਂ ਚੱਲਦੀਆਂ ਨੇ ਅਤੇ ਕਿਹੜੀਆਂ ਫੈਕਟਰੀਆਂ ਦਾ ਤੂੰ ਨਾਮ ਰੱਖਿਆ ਹੋਇਆ, ਇੱਕ ਫੈਕਟਰੀ ਨਹੀਂ ਤੇਰੀਆਂ ਬਹੁਤ ਨੇ ਫੈਕਟਰੀਆਂ। ਗੱਲ ਸੁਣੋ, ਬਗੈਰ ਤੋਂ ਤੁਸੀਂ ਬਗੈਰਤੀ ਪੇਸ਼ ਸ਼ੁਰੂ ਕੀਤੀ ਹੋਈ ਹੈ, ਅਤੇ ਸਕੂਨ ਨਾਲ ਸੋ ਰਿਹਾ ਵਾਂ ਆਪਣੇ ਘਰ, ਜਦੋਂ ਮੈਂ ਬਦਲਾ ਲੈਣਾ ਹੋਵੇਗਾ ਉਹ ਗੱਜ ਵੱਜ ਕੇ ਲਵਾਂਗਾ ਔਰ ਸਾਰਿਆਂ ਨੂੰ ਪਤਾ ਕਿ ਮੈਂ ਕਿਵੇਂ ਦਾ ਲਾਹਾਂਗਾ, ਪੂਰਾ ਇਨਸ਼ਾਅੱਲਾ ਤੁਹਾਡਾ ਇਹ ਲਾਹੌਰ ਵੇਖੇਗਾ। ਅਤੇ ਇਹ ਜਿਹੜੇ ਤੁਸੀਂ ਆਪਣੇ ਪਹਿਲੇ ਉਸ ਪਿਓ ਨੂੰ ਰੋਕੋ ਕਾਸ਼ਿਫ ਜ਼ਮੀਰ ਨੂੰ ਕਿ ਮੈਨੂੰ ਕਾਲਾਂ ਕਰਕੇ ਇਹ ਨਾ ਗੱਲਾਂ ਕਰੇ ਕਿ ਠੰਡਾ ਹੋ ਪੱਟੀ ਬੈਠ ਕੇ ਕਰਦੇ ਹਾਂ, ਮੈਂ ਤਾਂ ਗਲਤੀ ਨਾਲ ਜਾ ਕੇ ਉੱਥੇ ਸੁਲਾਹ ਬਣਾ ਲਈ, ਮੇਰੇ ਕੋਲ ਸਾਰੀ ਵੀਡੀਓ ਪਈ ਹੈ ਪੂਰੇ ਇੱਕ ਘੰਟੇ ਦੀ, ਮੈਂ ਯੂਟਿਊਬ 'ਤੇ ਪਾਉਣ ਲੱਗਿਆ ਵਾਂ, ਅਤੇ ਜ਼ਰਾ ਦੇਖਿਆ ਜੇ ਪਹਿਲੇ ਉਸ ਪਿਓ ਨੂੰ ਰੋਕੋ। ਅਤੇ ਮੀਆਂ ਕਾਸ਼ਿਫ ਜ਼ਮੀਰ ਤੂੰ ਮੇਰੀ ਗੱਲ ਸੁਣ ਓਏ, ਇਹ ਚੈਨ ਜੀ ਪਾ ਕੇ ਤਾਂ ਰਾਤੀ ਘਰੇ ਬਹਿ ਕੇ ਤੂੰ ਵੀਡੀਓ ਬਣਾ ਦਿੰਦਾ ਕਿ ਮੈਂ ਫੈਕਟਰੀਓ ਕਾ ਮਾਲਕ ਹੂੰ, ਤੂੰ ਯੇ ਤੋ ਵੋ, ਮੁਝੇ ਅੱਲਾ ਨੇ ਇੱਜ਼ਤ ਦੀ ਹੋਈ, ਆਪ ਮੇਰੇ ਸਾਥ ਮਿਲੋ, ਮੇਰੇ ਲਈ ਵੀਡੀਓ ਬਣਾਓ, ਡੁੱਬ ਕੇ ਮਰ ਜਾ, ਇੱਥੇ ਫੈਕਟਰੀਆਂ ਫੁਕਟਰੀਆਂ ਨਹੀਂ ਕੰਮ ਆਉਂਦੀਆਂ ਨੇ, ਕਬਰ 'ਚ ਫੈਕਟਰੀਆਂ ਨਹੀਂ ਜਾਂਦੀਆਂ ਨੇ, ਆਪਣਾ ਸਿਰ 'ਤੇ ਬੰਦਾ ਜਾਂਦਾ। ਅਤੇ ਬਾਕੀ ਜਿਹੜਾ ਰਾਣਾ ਤਿੱਦੀ ਕੇ ਸਿੱਧੀ ਉਹ ਫਿਰ ਰਿਹਾ ਕਿ ਯੇ ਤੋ, ਬਗੈਰ ਤੋਂ ਠੰਡੇ ਹੋ ਕੇ ਬਹੁਤ ਆਰਾਮ ਨਾਲ, ਵੱਡੇ ਤੁਸੀਂ ਬਦਮਾਸ਼ ਯੂ ਟਿਕਟੋਕ ਦੇ ਬਗੈਰਤ ਆਦਮੀ। ਔਰ ਮੇਰੀ ਆਦਤ ਨਹੀਂ ਕਿਸੇ ਨੂੰ ਗਾਲ ਗੂਲ ਕੱਢਣ ਦੀ, ਤੁਸੀਂ ਤਾਂ ਪਤਾ ਨਹੀਂ ਬਸ਼ਰਮੋ ਕਿਹੋ ਜਿਹਾ, ਤੁਹਾਡੇ ਮਾਂ ਪਿਓ ਨੇ ਤੁਹਾਨੂੰ ਪੈਦਾ ਕੀਤਾ ਤਾਂ ਕਿਹੋ ਜਿਹੀ ਤਰਬੀਅਤ ਦਿੱਤੀ ਹੈ, ਭੌਂਕਦੇ ਫਿਰਦੇ ਜਦੋਂ ਕਰਦੇ ਆ ਕਿ ਉਹ ਕਰਦੇ ਆ ਕਿ ਜਦੋਂ ਹੋਏਗਾ ਨਾ ਉਦੋਂ ਪਤਾ ਲੱਗੇਗਾ। ਅਤੇ ਵੈਸੇ ਹੀ ਕੰਜਰਾਂ ਕੋਲ ਮੀਆਂ ਕਾਸ਼ਿਫ ਜ਼ਮੀਰ ਪੈਸਾ ਬੜਾ ਹੁੰਦਾ, ਫਿਰ ਤੈਨੂੰ ਪਤਾ ਨਾ ਤੇਰਾ ਕੀ ਕਾਰੋਬਾਰ ਹੈ। ਅਤੇ ਹੁਣ ਜਿਹੜੀ ਤੂੰ ਮੈਨੂੰ ਕਾਲ ਕੀਤੀ ਸੀ, ਮੈਂ ਆਸਤਾ ਆਸਤਾ ਵੀਡੀਓ ਲਗਾਵਾਂਗਾ ਟਿਕਟੋਕ 'ਤੇ ਜਿੱਥੇ ਤੂੰ ਕਹਿ ਰਿਹਾ ਕਿ ਮੈਂ ਜਾ ਕੇ ਬਾ ਵੀਡੀਓ 'ਤੇ ਬਣਾ ਤੀ ਕਾਸਮੀ ਦੇ ਨਾਲ ਬਹਿ ਕੇ, ਅਤੇ ਯੇ ਅਤੇ ਵੋ, ਹਰ ਬੰਦੇ ਨੂੰ ਪਤਾ ਸੱਚ ਕੀ ਹੁੰਦਾ ਝੂਠ ਕੀ ਹੁੰਦਾ, ਉਵੇਂ ਤੁਸੀਂ ਵੀਡੀਓ ਅਤੇ ਬਦਮਾਸ਼ ਬਣੇ ਬੈਠੇ ਜੇ, ਉੱਧਰੋਂ ਤੁਸੀਂ ਮੈਨੂੰ ਕਾਲਾਂ ਕਰੀ ਜਾ ਰਹੇ ਜੇ, ਛਿੱਤਰਾਂ ਦਾ ਵੀ ਡਰ ਜੇ, ਠੀਕ ਹੈ? ਅਤੇ ਇਨਸਾਨ ਦੇ ਬੱਚੇ ਬਣੋ, ਅਤੇ ਅੱਜ ਮੇਰੀ ਹੁਣ ਵੀਡੀਓ ਨਹੀਂ ਆਏਗੀ ਕਿਉਂਕਿ ਪੂਰੇ ਦੁਨੀਆ ਨੂੰ ਪਤਾ ਤੁਸੀਂ ਮੇਰਾ ਲੈਵਲ ਹੀ ਨਹੀਂ ਜੇ ਕਿ ਮੈਂ ਤੁਹਾਨੂੰ ਵੀਡੀਓ 'ਚ ਕਿਸੇ 'ਚ ਜਵਾਬ ਦਿਆਂ। ਇਨਸ਼ਾਅੱਲਾ ਬਦਲਾ ਲਾਂਗਾ, ਜਿਵੇਂ ਵੀ ਲਾਂਗਾ, ਭਾਵੇਂ ਮਹੀਨੇ ਤੀਕਰ ਲਵਾਂ, ਡੇਢ ਮਹੀਨੇ ਤੀਕਰ ਲਵਾਂ, ਸਕੂਨ ਨਾਲ ਲਵਾਂਗਾ। ਤੁਸੀਂ ਜਿੰਨੀ ਮਰਜ਼ੀ ਵੀਡੀਓ ਬਣਾਓ, ਜਿੰਨੀ ਮਰਜ਼ੀ ਗਾਲਾਂ ਕੱਢੋ, ਅੱਜ ਤੋਂ ਬਾਅਦ ਸਾਡੀ ਕੋਈ ਵੀਡੀਓ ਨਹੀਂ ਆਏਗੀ, ਅਸੀਂ ਉਹ ਬੰਦੇ ਹੀ ਨਹੀਂ ਹੈ, ਫੁੱਦੂ ਨਹੀਂ ਹੈਗੇ ਕਿ ਮੂੰਹ ਚੱਕ ਕੇ ਵੀਡੀਓ ਬਣਾਈ ਜਾਈਏ। ਇਹ ਸਿਰਫ ਨਾਮ ਨਹੀਂ, ਬ੍ਰਾਂਡ ਹੈ, ਬ੍ਰਾਂਡ ਆਫ ਦ ਡੇਜ਼।